ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਵਿੱਚ 7 ਸਾਲਾ ਸੀਫਾ ਨਾਮ ਦੀ ਬੱਚੀ ਨਾਲ 4 ਦਰਿੰਦਿਆਂ ਨੇ ਦੁਸ਼ਕਰਮ ਉਪਰਾਂਤ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਤੇ ਸਾਰਾ ਦੇਸ਼ ਕੁਰਲਾ ਉੱਠਿਆ ਤੇ ਫਿਲੌਰ ਸ਼ਹਿਰ ਵਿੱਚ ਵੀ ਅੰਮ੍ਰਿਤ ਭੋਸਲੇ ਦੀ ਅਗਵਾਈ ਵਿੱਚ ਅੰਬੇਦਕਰ ਸੈਨਾ ਵੱਲੋਂ ਅਸੀਫਾ ਨੂੰ ਇਨਸਾਫ਼ ਦਿਵਾਉਣ ਲਈ ਦੇਰ ਰਾਤ ਇੱਕ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ ਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ, ਜੋ ਕਿ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨਾ ਕਰ ਸਕੇ। ਅੱਜ ਜੋ ਜੰਮੂ ਕਸ਼ਮੀਰ ਕਠੂਆ ਦੇ ਵਿੱਚ 8 ਸਾਲਾ ਮਾਸੂਮ ਬੱਚੀ ਆਸਿਫਾ ਦੇ ਨਾਲ ਜੋ ਗੈਂਗ ਰੇਪ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਉਹਦੇ ਲਈ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੀਤਾ ਕਿ ਉਸ ਬੱਚੀ ਦੇ ਨਾਲ ਅਣਮਨੁੱਖੀ ਤਸ਼ੱਦਦ ਕਰਕੇ ਉਹਦਾ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਦੂਜਾ ਜੋ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਦੇ MLA ਵੱਲੋਂ ਇੱਕ ਦਲਿਤ ਬੱਚੀ ਦੇ ਨਾਲ ਜਿਹੜਾ ਆ ਉਹ ਬਲਾਤਕਾਰ ਕਰਨ ਤੋਂ ਬਾਅਦ ਜਦੋਂ ਇਨਸਾਫ ਨੂੰ ਮੰਗ ਰਹੀ ਸੀ ਤਾਂ ਉਹਦੇ ਪਿਤਾ ਨੂੰ ਜਿਹੜਾ ਆ ਉਹ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਅਸੀਂ ਕੇਂਦਰ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਸਾਰੇ ਹੀ ਦੋਸ਼ੀਆਂ ਨੂੰ ਜਿਹੜਾ ਆ ਉਹ ਫਾਂਸੀ ਦੀ ਜਿਹੜਾ ਸਜ਼ਾ ਦਿੱਤੀ ਜਾਵੇ ਔਰ ਤੁਰੰਤ ਕੇਸ ਜਿਹੜਾ ਉਹ ਫਸਟ ਟ੍ਰਾਇਲ ਜਿਹੜੀ ਆ ਕੋਰਟ ਦੇ ਵਿੱਚ ਚੱਲੇ।